ਹੈਲੋ एवरीवन ਅੱਜ ਮੈਂ ਤੁਹਾਡੇ ਨਾਲ ਸ਼ੇਅਰ ਕਰਨ ਜਾ ਰਹੀਆਂ ਕੁਐਸਚਨ ਪੇਪਰ ਐਮਏ ਸੋਸ਼ਲ ਵਰਕ ਦਾ 3rd ਸੈਮੈਸਟਰ ਦਾ ਕੁਐਸਚਨ ਪੇਪਰ ਹੈ ਡਾਇਜੈਸਟਰ ਮੈਨੇਜਮੈਂਟ ਐਂਡ ਸੋਸ਼ਲ ਵਰਕ ਦਾ ਸੋ ਇਹ ਤੁਹਾਨੂੰ ਕੰਪਲੀਟ ਕੁਐਸਚਨ ਪੇਪਰ ਇਸ ਵੀਡੀਓ ਦੇ ਵਿੱਚ ਮਿਲੇਗਾ ਇਹ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦਾ ਕੁਐਸਚਨ ਪੇਪਰ ਹੈ 2022 ਦਾ ਤੁਹਾਡੇ ਇਸ ਐਗਜ਼ਾਮ ਦੀ ਗੱਲ ਕਰੀਏ ਤਾਂ 80 ਮਾਰਕਸ ਦਾ ਤੁਹਾਡਾ ਐਗਜ਼ਾਮ ਹੁੰਦਾ ਹੈ ਤੇ 3 ਆਵਰ ਹੁੰਦੇ ਆ ਤੁਹਾਡੇ ਕੋਲ ਇਸ ਐਗਜ਼ਾਮ ਨੂੰ ਕੰਪਲੀਟ ਕਰਨ ਦੇ ਲਈ ਨੋਟ ਲਿਖਿਆ ਜੀ अटेम्प्ट 5 ਕੁਐਸਚਨਸ ਇਨ 올 ਇਨਕਲੂਡਿੰਗ ਕੁਐਸਚਨ ਨੰਬਰ 1 ਵਿਚ ਇਜ਼ ਕੰਪਲਸਰੀ ਐਂਡ ਸਿਲੈਕਟਿੰਗ 1 ਕੁਐਸਚਨ ਫਰੋਮ ਈਚ ਯੂਨਿਟ ਟੋਟਲ ਤੁਸੀ 5 ਕੁਐਸਚਨ ਦੇ ਆਨਸਰ ਦੇਣੇ ਹੁੰਦੇ ਆ ਤੇ ਕੁਐਸਚਨ ਨੰਬਰ 1 ਤੁਹਾਡੇ ਲਈ ਕੰਪਲਸਰੀ ਹੈ ਤੇ ਉਸ ਤੋਂ ਬਾਅਦ ਇਲਾਵਾ ਜਿੰਨੇ ਵੀ ਯੂਨਿਟ ਹੈ ਉਹਨਾਂ ਦੇ ਵਿੱਚ 2 2 ਕੁਐਸਚਨ ਪੁੱਛੇ ਜਾਂਦੇ ਨੇ ਤੇ ਕਿਸੇ ਇੱਕ ਕੁਐਸਚਨ ਦਾ ਤੁਸੀਂ ਆਨਸਰ ਦੇਣਾ ਹੁੰਦਾ ਹੈ ਫਰਸਟ ਤੁਹਾਨੂੰ ਸਕਰੀਨ ਤੇ ਸ਼ਾਰਟ ਕੁਐਸਚਨ ਸ਼ੋਅ ਕਰ ਰਹੇ ਨੇ ਸੋ ਸ਼ਾਰਟ ਕੁਐਸਚਨ ਨੇ 10 ਨਾ ਕੁਐਸਚਨ 10 ਦੇ 10 ਕਰਨੀ ਤੁਹਾਡੇ ਲਈ ਜ਼ਰੂਰੀ ਹੈ 2 ਮਾਰਕਸ ਦਾ ਤੁਹਾਡਾ ਇੱਕ ਆਨਸਰ ਹੁੰਦਾ ਤੇ ਤੁਹਾਡਾ ਆਨਸਰ 30 35 ਵਰਡਸ ਦੇ ਵਿੱਚ ਹੋਣਾ ਚਾਹੀਦਾ ਹੈ ਤੇ ਤੁਹਾਡਾ ਤੁਸੀਂ 20 ਮਾਰਕਸ ਗੇਨ ਕਰ ਸਕਦੇ ਹੋ ਇਹਦਾ ਵੀ ਤੁਸੀਂ ਸਕਰੀਨ ਸ਼ਾਟ ਲੈ ਸਕਦੇ ਹੋ ਤੇ ਤੁਹਾਡੇ ਅੱਗੇ ਇੱਕ ਰਿਕਵੈਸਟ ਹੈ ਜੀ ਜੋ ਤੁਹਾਡੇ WhatsApp ਗਰੁੱਪਸ ਬਣੇ ਹੁੰਦੇ ਨੇ ਆਪਣੇ ਫਰੈਂਡਸ ਦੇ ਨਾਲ ਉਨਤੇ ਨਾਲ ਇਸ ਵੀਡੀਓ ਦਾ ਲਿੰਕ ਜ਼ਰੂਰ ਸ਼ੇਅਰ ਕਰੋ ਤਾਂ ਜੋ ਉਹਨਾਂ ਤੱਕ ਵਾਸਨ ਪੇਪਰ ਤੇ ਵੀਡੀਓਜ਼ ਪਹੁੰਚ ਸਕੇ ਤੇ ਮੈਨੂੰ ਮੋਟੀਵੇਸ਼ਨ ਮਿਲ ਸਕੇ ਤੇ ਮੈਂ ਹੋਰ ਵੀ ਵੀਡੀਓਜ਼ ਤੁਹਾਡੇ ਲਈ ਅਪਲੋਡ ਕਰ ਸਕਾਂ ਨੈਕਸਟ ਆ ਗਿਆ ਜੀ ਤੁਹਾਡੇ ਲੌਂਗ ਕੁਐਸਚਨ ਯੂਨਿਟ 1 ਤੇ ਯੂਨਿਟ 2 ਤੁਹਾਨੂੰ ਸਕਰੀਨ ਤੇ ਮੈਂ ਸ਼ੋਅ ਕਰਵਾ ਰਹੀਆਂ 2 2 ਕੁਐਸਚਨ ਤੁਹਾਨੂੰ ਪੁੱਛੇ ਗਏ ਨੇ ਤੇ ਕਿਸੇ ਇੱਕ ਕੁਐਸਚਨ ਦਾ ਤੁਸੀਂ ਆਨਸਰ ਦੇਣਾ ਹੁੰਦਾ ਹੈ 15 ਮਾਰਕਸ ਦਾ ਤੁਹਾਡਾ ਇੱਕ ਆਨਸਰ ਹੁੰਦਾ ਹੈ ਇਹਦਾ ਵੀ ਤੁਸੀਂ ਸਕਰੀਨ ਸ਼ਾਟ ਲੈ ਸਕਦੇ ਹੋ ਇਸ ਗੱਲ ਯੂਨਿਟ 1 ਤੇ ਯੂਨਿਟ 2 ਨੈਕਸਟ ਆ ਗਿਆ ਯੂਨਿਟ 3 ਤੇ ਯੂਨਿਟ 4 ਇਹਦੇ ਵਿੱਚ ਵੀ 2 2 ਕੁਐਸਚਨ ਨੇ ਤੇ ਕਿਸੇ ਇੱਕ ਕੁਐਸਚਨ ਦਾ ਤੁਸੀਂ ਆਨਸਰ ਦੇਣਾ ਹੁੰਦਾ ਹੈ ਤੇ 15 ਮਾਰਕਸ ਦਾ ਤੁਹਾਡਾ ਇਹ ਅਨਸਰ ਹੁੰਦਾ ਹੈ ਇਹਦਾ ਵੀ ਤੁਸੀਂ ਸਕਰੀਨ ਸ਼ਾਟ ਲੈ ਸਕਦੇ ਹੋ ਨੈਕਸਟ ਆ ਗਿਆ ਹਿੰਦੀ ਤੇ ਪੰਜਾਬੀ ਮੀਡੀਅਮ ਦੇ ਵਿੱਚ ਫਰਸਟ ਆਗੇ ਜੀ ਸ਼ਾਰਟ ਕੁਐਸਚਨ ਇੱਕ ਪਾਸੇ ਤੁਹਾਨੂੰ ਹਿੰਦੀ ਮੀਡੀਅਮ ਸ਼ੋਅ ਕਰ ਰਿਹਾ ਤਾਂ ਦੂਸਰੇ ਪਾਸੇ ਪੰਜਾਬੀ ਮੀਡੀਅਮ ਸ਼ੋਅ ਕਰ ਰਿਹਾ ਇਹ ਸ਼ਾਰਟ ਕੁਐਸਚਨ ਹੈ ਸਾਰੇ ਦੇ ਸਾਰੇ ਕਰਨੇ ਜ਼ਰੂਰੀ ਹੈ 2 ਮਾਰਕਸ ਦਾ ਇੱਕ ਆਨਸਰ ਹੈ ਟੋਟਲ 20 ਮਾਰਕਸ ਤੋਂ ਤੁਸੀਂ ਗੇਨ ਕਰ ਸਕਦੇ ਹੋ ਤੁਹਾਡਾ ਆਨਸਰ 30 35 ਵਰਡਸ ਦੇ ਵਿੱਚ ਹੋਣਾ ਚਾਹੀਦਾ ਹੈ ਸਕਰੀਨ ਸ਼ਾਟ ਤੁਸੀਂ ਲੈ ਸਕਦੇ ਹੋ ਨੈਕਸਟ ਇਹ ਸੀ ਗਈ ਸ਼ਾਰਟ ਨੈਕਸਟ ਆਗੇ ਜੀ ਤੁਹਾਡੇ ਲੌਂਗ ਸੋ ਮੈਂ 2 2 ਕਰਕੇ ਤੁਹਾਨੂੰ ਸ਼ੋ ਕਰਵਾ ਰਹੀ ਹਾਂ ਭਾਗ 1 ਤੇ ਭਾਗ 2 ਤੁਹਾਨੂੰ ਸਕਰੀਨ ਤੇ ਸ਼ੋ ਕਰ ਰਹੇ ਨੇ ਇਹਨਾਂ ਦਾ ਵੀ ਤੁਸੀਂ ਸਕਰੀਨ ਸ਼ਾਟ ਲੈ ਸਕਦੇ ਹੋ ਨੈਕਸਟ ਆ ਗਿਆ ਜੀ ਤੁਹਾਡਾ ਭਾਗ 3 ਤੇ ਭਾਗ 4 ਸੋ ਇਹ ਸੀਗਾ ਜੀ ਤੁਹਾਡਾ ਕੰਪਲੀਟ ਕੁਐਸਚਨ ਪੇਪਰ ਇਹਦਾ ਵੀ ਤੁਸੀਂ ਸਕਰੀਨ ਸ਼ਾਟ ਲੈ ਸਕਦੇ ਹੋ ਵੀਡੀਓ ਤੁਹਾਨੂੰ ਵਧੀਆ ਲੱਗੀ ਤਾਂ ਵੀਡੀਓ ਨੂੰ ਲਾਈਕ ਜ਼ਰੂਰ ਕਰੋ ਆਪਣੇ ਫਰੈਂਡਸ ਦੇ ਨਾਲ ਸ਼ੇਅਰ ਜ਼ਰੂਰ ਕਰੋ ਤੇ ਜੇਕਰ ਅਜੇ ਤੱਕ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰ ਲਓ ਤਾਂ ਜੋ ਮੇਰੀਆਂ ਆਉਣ ਵਾਲੀਆਂ ਵੀਡੀਓਜ਼ ਦੇ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚ ਸਕਣ ਥੈਂਕਸ ਫॉर ਵਾਚਿੰਗ